ਸਰ ਪੰਜਾਬ ਦੇ ਸਕੂਲਾਂ ਦੀ ਚਰਚਾ ਹੁੰਦੀ ਰਹੀ ਹੈ ਪਹਿਲਾਂ ਵੀ ਪਿਛਲੀ ਵਾਰ ਪੰਜਾਬ ਦੇ ਸਕੂਲਾਂ ਨੇ ਰਿਕਾਰਡ ਕਾਇਮ ਕੀਤਾ ਕਿ ਦੇਸ਼ ਦੇ ਵਿੱਚ ਪਹਿਲੇ ਨੰਬਰ ਤੇ ਆਏ ਇਸ ਵਾਰ ਪੰਜਾਬ ਦੇ ਸਕੂਲਾਂ ਦੀ ਚਰਚਾ ਹੋ ਰਹੀ ਹੈ ਕਿ ਪੰਜਾਬ ਦੇ ਵਿੱਚ ਤੇਲਗੂ ਪੜਾਈ ਜਾ ਰਹੀ ਹੈ ਤੇਲਗੂ ਪੜਾਈ ਨਹੀਂ ਜਾ ਰਹੀ ਤੇਲਗੂ ਕਲਚਰ ਦੇ ਉੱਤੇ ਸਰਟਨ ਐਕਟੀਵਿਟੀਆਂ ਕਰਵਾਈਆਂ ਜਾ ਰਹੀਆਂ ਦੇਖੋ ਆਪਾਂ ਆਪਣੇ ਦੇਸ਼ ਨੂੰ ਜੋੜਨਾ ਚਾਹੁੰਦੇ ਹਾਂ ਹੈਨਾ ਤੇ ਸਾਨੂੰ ਅਲੱਗ-ਅਲੱਗ ਕਲਚਰ ਸਾਡੇ ਬੱਚਿਆਂ ਨੂੰ ਅਲੱਗ-ਅਲੱਗ ਤਰੀਕੇ ਨਾਲ ਸਿਖਾਉਣਾ ਪਏਗਾ ਤਾਂ ਹੀ ਸਾਡੇ ਚ ਯੂਨਿਟੀ ਆਏਗੀ ਜੀ ਤੇ ਹੁਣ ਹੁੰਦਾ ਕੀ ਹੈ ਕਿ ਇਥੇ ਪਾਸ਼ਾ ਨੂੰ ਲੈ ਕੇ ਪਾਸ਼ਾ ਜੋੜਨ ਦਾ ਕੰਮ ਕਰਨਾ ਚਾਹੀਦੀ ਹੈ ਸਾਨੂੰ ਅਲੱਗ ਕਰਨ ਦਾ ਨਹੀਂ ਵੀ ਹੈਵ ਟੂ ਲਰਨ ਅਬਾਊਟ ਈਚ ਅਦਰ ਜਦੋਂ ਅਸੀਂ ਇੱਕ ਦੂਜੇ ਨੂੰ ਸਮਝਾਂਗੇ ਅਸੀਂ ਕਲੋਜ਼ਰ ਹੋ ਇੱਕ ਦੂਜੇ ਦੇ ਹੋਰ ਕਲੋਜ਼ ਹੋਵਾਂਗੇ ਤੇ ਲਗੂ ਇੱਕ ਮੇਜਰ ਪਾਸ਼ਾ ਸਾਡੇ ਦੇਸ਼ ਦੀ ਤੇ ਜੇ ਪੰਜਾਬ ਦੇ ਬੱਚਿਆਂ ਨੂੰ ਐਕਸਪੋਜ਼ਰ ਕਿਵੇਂ ਮਿਲੇਗਾ ਉਹਨਾਂ ਦੀਆਂ ਅੱਖਾਂ ਕਿਵੇਂ ਖੁੱਲਣਗੀਆਂ ਜੋ ਦੇਖੋ ਆਪਣੇ ਆਪ ਨੂੰ ਜੇ ਤੁਸੀਂ ਆਪਣਾ ਬ੍ਰੇਨ ਨੂੰ ਜੇ ਗਰੋ ਕਰਨਾ ਹੈ ਲਰਨ ਅਬਾਊਟ ਨਿਊ ਥਿੰਗਸ ਲਰਨ ਅਬਾਊਟ ਡਿਫਰੈਂਟ ਐਕਸਪੀਰੀਐਂਸਸ ਜਿਵੇਂ ਸਿਰਫ ਅੰਦਰੂਨੀ ਸੋਚ ਰੱਖਾਂਗੇ ਕਿ ਹਰ ਚੀਜ਼ ਚ ਅਸੀਂ ਸਿਰਫ ਆਪਣੇ ਇਲਾਵਾ ਕੁਝ ਹੋਰ ਤੇ ਅਸੀਂ ਖੁਦੇ ਡੱਡੂ ਬਣ ਕੇ ਰਹਿ ਜਾਾਂਗੇ ਤੁਹਾਨੂੰ ਲੱਗਦਾ ਨਹੀਂ ਹੈ ਕਿ ਇਟਸ ਸਮਥਿੰਗ ਵਿਦ दैट ਇਜ਼ ਬੈਡ ਬੇਸਿਕਲੀ ਇਟਸ ਯੂ نو ਅਨਨੈਸੈਸਰੀ ਕੰਟਰੋਵਰਸੀ ਕ੍ਰੀਏਟ ਕਰਨ ਵਾਲੀ ਗੱਲ ਹੈ ਤੇਲਗੂ ਕਿਸੇ ਦਿਨ ਹਿਮਾਚਲ ਬਾਰੇ ਪੜੋ ਕਿਸੇ ਦਿਨ ਤਮਿਲ ਬਾਰੇ ਪੜੋ ਕਿਸੇ ਦਿਨ ਯੂ نو ਕੇਰਲਾ ਬਾਰੇ ਜਾਨੋ ਉਥੋਂ ਦੀ ਲੈਂਗੁਏਜਸ ਬਾਰੇ ਜਾਨੋ ਉਥੋਂ ਦਾ ਕਲਚਰ ਕੀ ਆ ਮੈਂ ਕੋ ਦਿਨ ਵੀ ਗੱਲ ਕੀਤੀ ਸੀ ਕਿ ਅਨਫੋਰਚੂਨੇਟਲੀ ਸਾਡੇ ਇੱਥੇ ਯੂਨਿਟੀ ਐਂਡ ਡਾਈਵਰਸਿਟੀ ਨਹੀਂ ਆ ਸਾਡੇ ਇੱਥੇ ਡਾਈਵਰਸਿਟੀ ਇਨ ਯੂਨਿਟੀ ਆ ਬਿਕਾਜ਼ ਵੀ ਆਰ ਵਨ ਨੇਸ਼ਨ ਪਰ ਅਸੀਂ ਆਪਣੇ ਫਰਕਾਂ ਉੱਤੇ ਹਮੇਸ਼ਾ ਨਜ਼ਰ ਰੱਖੀ ਆ ਜੀ ਸਾਨੂੰ ਆਪਣੇ ਜਿਹੜੇ ਕਾਮਨੈਲਿਟੀਆਂ ਐ ਉਹਦੇ ਤੇ ਨਜ਼ਰ ਰੱਖਣੀ ਚਾਹੀਦੀ ਤੇ ਇੱਕ ਦੂਜੇ ਨੂੰ ਬੈਟਰ ਸਮਝੀਏ ਤਾਂ ਉੱਥੇ ਤੇਲਗੂਚ ਵੀ ਪੰਜਾਬੀ ਕਲਚਰ ਬਾਰੇ ਪੜਾਂ ਹਨ ਐਂਡ ਆਈ ਥਿੰਕ ਇਟ ਵਿਲ ਬੀ ਅ ਗੁੱਡ ਇਨੀਸ਼ੀਏਟਿਵ ਤੇ ਬੱਚਿਆਂ ਦੀਆਂ ਅੱਖਾਂ ਖੁੱਲਣਗੀਆਂ ਤੇ ਉਹਨਾਂ ਦਾ ਮਾਈਂਡ ਹੋਰ ਬੈਟਰ ਹੋਏਗਾ